ਸਤਿ ਸ੍ਰੀ ਅਕਾਲ, ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਮੇਰੇ ਨਾਲ ਇਸ ਵੇਲੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਮੌਜੂਦ ਨੇ। ਖਹਿਰਾ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰਾਣ ਚੈਨਲ ਤੇ। ਬਹੁਤ ਬਹੁਤ ਸ਼ੁਕਰੀਆ ਜੀ, ਸਭ ਨੂੰ ਫਤਿਹ ਜੀ। ਫਤਿਹ ਖਹਿਰਾ ਸਾਹਿਬ, ਆਲ ਪਾਰਟੀ ਮੀਟਿੰਗ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਫੈਸਲੇ ਦੱਸੋ ਕਿ ਤੁਸੀਂ ਉੱਥੇ ਕੀ ਪੱਖ ਰੱਖਿਆ, ਕੀ ਤੁਹਾਡੀ ਗੱਲ ਸੁਣੀ ਗਈ, ਫੈਸਲੇ ਕੀ ਕੀਤੇ ਗਏ। ਜਿਹੜਾ ਮੈਂ ਇਸ਼ੂ ਜ਼ਿਆਦਾ ਲੈ ਕੇ ਗਿਆ ਸੀ, ਕਿਉਂਕਿ ਜਿਹੜੇ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਗੱਲਾਂ ਕੀਤੀਆਂ, ਉਹ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਜਿਹੜੇ ਪਰਚੇ ਝੂਠੇ ਗਲਤ ਮਲਤ ਕੀਤੇ, ਬੰਦੇ ਫੜ ਕੇ ਅੰਦਰ ਜੇਲ੍ਹਾਂ 'ਚ ਸੁੱਟ ਦਿੱਤੇ ਦਿੱਲੀ ਪੁਲਿਸ ਨੇ, ਉਹ ਸਾਰੇ ਪਰਚੇ ਰੱਦ ਹੋਣੇ ਚਾਹੀਦੇ, ਬੰਦੇ ਰਿਹਾ ਹੋਣੇ ਚਾਹੀਦੇ ਨੇ। ਔਰ ਨਾਲ ਜਿਹੜਾ ਕਿਸਾਨ ਤੇ ਸ਼ਾਂਤਮਈ ਅੰਦੋਲਨ ਤੇ ਸਿੰਘੂ ਤੇ ਕੁੰਡਲੀ ਬਾਰਡਰ ਤੇ ਜਿਹੜਾ ਕੁਛ ਬੀਜੇਪੀ ਤੇ ਆਰ ਐਸ ਐਸ ਦੇ ਹੁੱਲੜਬਾਜ਼ਾਂ ਨੇ ਜਾ ਕੇ 26 ਜਨਵਰੀ ਤੋਂ ਬਾਅਦ ਹਮਲੇ ਕੀਤੇ, ਫਿਰਕੂਵਾਦ ਫੈਲਾਉਣ ਦੀ ਕੋਸ਼ਿਸ਼ ਕੀਤੀ, ਇਹਦੀ ਸਾਰਿਆਂ ਦੀ ਨਿਖੇਧੀ ਕੀਤੀ। ਤੇ ਜਿਹੜਾ ਮੈਂ ਇਸ਼ੂ ਉਠਾਇਆ ਸੀਗਾ, ਮੈਂ ਨਵਰੀਤ ਸਿੰਘ ਜਿਹੜਾ ਯੂਪੀ ਦਾ ਇੱਕ ਨੌਜਵਾਨ ਸੀ, ਜਿਹੜਾ 26 ਜਨਵਰੀ ਨੂੰ ਆਈ ਟੀ ਓ ਕਰੋਸਿੰਗ ਦੇ ਵਿੱਚ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਕੇ ਮਾਰਿਆ ਗਿਆ, ਮੈਂ ਉਸ ਨੂੰ ਉਠਾਇਆ ਸੀ ਕਿਉਂਕਿ ਨੋਰਮਲ ਕੋਰਸ ਵਿੱਚ ਗਵਰਨਮੈਂਟ ਤੇ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਨਾ, ਉਹ ਇਹਨੂੰ ਇੱਕ ਐਕਸੀਡੈਂਟ ਕਰਾਰ ਦੇ ਰਹੇ ਨੇ। ਬਿਲਕੁਲ, ਜਦਕਿ ਉਹਨਾਂ ਦੇ ਪਰਿਵਾਰ ਦੀ ਲਗਾਤਾਰ ਮੰਗ ਆ ਕਿ ਸਾਡੇ ਨੌਜਵਾਨ ਨੂੰ ਗੋਲੀ ਨਾਲ ਹੱਤਿਆ ਕੀਤੀ ਗਈ, ਕਿਉਂਕਿ ਉਹਦਾ ਫਸਟ ਕਜ਼ਨ ਸਕੇ ਚਾਚੇ ਦਾ ਪੁੱਤ ਨਕਸ਼ਦੀਪ ਸਿੰਘ ਉਹਦੇ ਨਾਲ ਗਾਜ਼ੀਪੁਰ ਬਾਰਡਰ ਤੇ ਆਇਆ ਹੋਇਆ ਸੀਗਾ, ਔਰ ਉੱਥੋਂ ਅੱਗੇ ਟ੍ਰੈਕਟਰ ਪਰੇਡ ਦੇ ਨਾਲ ਹੀ ਇਹਨਾਂ ਦੇ ਆਏ, ਔਰ ਵੈਸੇ ਵੀ ਸੈਂਕੜੇ ਹਜ਼ਾਰਾਂ ਉਹਦੇ ਆਈ ਵਿਟਨੈਸ ਸੀਗੇ ਜਿਹੜੇ ਉੱਥੇ ਮੌਜੂਦ ਸੀਗੇ ਐਟ ਦ ਟਾਈਮ ਆਫ ਦ ਇੰਸੀਡੈਂਟ। ਹੁਣ ਕਿਸੇ ਨੇ ਵੀ ਇਸ ਮਸਲੇ ਨੂੰ ਇਨਸਾਫ ਲਈ ਕੋਈ ਆਵਾਜ਼ ਨਹੀਂ ਲਾਈ, ਇਸ ਲਈ ਮੈਂ ਉਹ ਆਲ ਪਾਰਟੀ ਮੀਟਿੰਗ ਚ ਜਾਣ ਤੋਂ ਪਹਿਲਾਂ ਇੱਕ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਸੀ, ਕਿਉਂਕਿ ਜਿਹੜਾ ਦਿੱਲੀ ਦਾ ਚੀਫ ਮਿਨਿਸਟਰ ਆ ਉਹ ਜੁਡੀਸ਼ੀਅਲ ਇਨਕੁਆਇਰੀ ਆਰਡਰ ਕਰਨ ਦਾ ਕੰਪੀਟੈਂਸ ਹੀ ਰੱਖਦਾ ਵਾ, ਕਿਉਂਕਿ ਦਿੱਲੀ ਦਾ ਵਾਕਿਆਤ ਆ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬਹੁਤ ਜ਼ੋਰ ਨਾਲ ਕਿਹਾ ਕਿ ਤੁਸੀਂ ਆਪ ਆਪਣੇ ਲੈਵਲ ਦੇ ਉੱਤੇ ਇੱਕ ਹੋਮ ਮਿਨਿਸਟਰ ਆਫ ਇੰਡੀਆ ਨੂੰ ਚਿੱਠੀ ਲਿਖੋ ਤੇ ਇੱਕ ਚੀਫ ਮਿਨਿਸਟਰ ਦਿੱਲੀ ਨੂੰ ਲਿਖੋ, ਕਿਉਂਕਿ ਹੋਮ ਮਿਨਿਸਟਰ ਕਰ ਸਕਦਾ ਆਰਡਰ ਜੁਡੀਸ਼ੀਅਲ ਇਨਕੁਆਇਰੀ, ਲੇਕਿਨ ਉਹਨਾਂ ਨੇ ਕਰਨੀ ਨਹੀਂ ਕਿਉਂਕਿ ਬੀਜੇਪੀ ਤਾਂ ਇਸ ਵਕਤ ਬਦਲਾਖੋਰੀ ਤੇ ਉਤਰੀ ਹੋਈ ਆ। ਬਿਲਕੁਲ, ਤੇ ਅਰਵਿੰਦ ਕੇਜਰੀਵਾਲ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਪੰਜਾਬ ਹਿਤੈਸ਼ੀ ਵੀ ਜਾਂ ਕਿਸਾਨ ਹਿਤੈਸ਼ੀ ਵੀ, ਤਾਂ ਉਹਨੂੰ ਇਸ ਗੱਲ ਦੀ ਇਨਸਾਫ ਦੇਣਾ ਚਾਹੀਦਾ। ਜਿਹੜੇ ਬਾਕੀ ਆਲ ਪਾਰਟੀ ਵਿੱਚ ਡਿਸਕਸ਼ਨ ਹੋਈ, ਉਹ ਬੇਸਿਕਲੀ ਇਹਨਾਂ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਨੂੰ ਹੋਰ ਕਿਸ ਤਰ੍ਹਾਂ ਨਾਲ ਮਜ਼ਬੂਤ ਕੀਤਾ ਜਾਵੇ, ਇਹਨਾਂ ਸਾਰੇ ਇਸ਼ੂਜ਼ ਦੇ ਉੱਤੇ ਕਾਫੀ ਚਰਚਾ ਹੋਈ 4-5 ਘੰਟੇ, ਤਾਂ ਉਹ ਫੈਸਲੇ ਤਕਰੀਬਨ ਤੁਹਾਡੇ ਸਾਹਮਣੇ ਲੋਕ ਕਚਹਿਰੀ ਵਿੱਚ ਆ ਚੁੱਕੇ ਨੇ। ਜੀ, ਖਹਿਰਾ ਸਾਹਿਬ, ਇੱਕ ਉਹਦੇ ਵਿੱਚ ਇਹ ਹੈ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਨਵਾਂ ਮਤਾ ਲਿਆਂਦਾ ਜਾਏਗਾ, ਪਿਛਲੇ ਮਤੇ ਨਾਲ ਕੀ ਫਾਇਦਾ ਹੋਇਆ ਤੇ ਨਵੇਂ ਨਾਲ ਕੀ ਹੋਣਾ? ਨਹੀਂ, ਮੇਰਾ ਖਿਆਲ ਹੈ ਕਿ ਉਹ ਜਿਹੜੀ ਅਸੀਂ ਲਾਜ਼ ਨੂੰ ਅਮੈਂਡ ਕਰਕੇ ਜਿਹੜਾ ਭੇਜਿਆ ਸੀ ਨਾ ਗਵਰਨਰ ਦੇ ਕੋਲ, ਤੇ ਗਵਰਨਰ ਨੇ ਉਹ ਫਾਈਲ ਲੱਗੀ ਭੇਜੀ ਨੀ ਆਪਣੇ ਕੋਲ ਰੱਖ ਛੱਡੀ ਆ, ਉਸ ਨੂੰ ਰੀਇਟਰੇਟ ਕਰਕੇ ਇੱਕ ਵਾਰ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਫਿਰ ਗਵਰਨਰ ਜਿਹੜਾ ਹੈ ਉਹਦੇ ਕੋਈ ਅਧਿਕਾਰ ਨੀ ਗਾ, ਉਹ ਸਿੱਧਾ ਰਾਸ਼ਟਰਪਤੀ ਦੇ ਕੋਲ ਇਹ ਜਿਹੜੇ ਕਾਨੂੰਨਾਂ ਵਿੱਚ ਸੋਧ ਕਰਕੇ ਇਹ ਜਿਹੜਾ ਮਾਮਲਾ ਸਾਰਾ ਉੱਥੇ ਚਲੇ ਜਾਵੇ। ਉਹ ਇੱਕ ਲੀਗਲ ਆਪਸ਼ਨ, ਜਿੱਦਾਂ ਆਪਾਂ ਸੁਪਰੀਮ ਕੋਰਟ ਜਾ ਸਕਦੇ, ਇਸੇ ਤਰ੍ਹਾਂ ਦੀ ਇੱਕ ਲੀਗਲ ਆਪਸ਼ਨ ਹੈ ਜੀ। ਇਸੇ ਕਰਕੇ ਨਵਾਂ ਮਤਾ ਲਿਆਂਦਾ ਜਾਊਗਾ? ਮਤਾ ਨਹੀਂ, ਜਿਹੜੇ ਲਾਜ਼ ਨੂੰ ਅਸੀਂ ਬੀਜੇਪੀ ਦੇ ਜਿਹੜੇ 3 ਐਗਰੀਕਲਚਰ ਲਾਜ਼ ਸੀਗੇ ਉਹਨਾਂ ਨੂੰ ਅਸੀਂ ਅਮੈਂਡ ਕੀਤਾ ਸੀ, ਆਈ ਥਿੰਕ ਅੰਡਰ ਕੰਸਟੀਟਿਊਸ਼ਨ ਦਾ ਆਰਟੀਕਲ ਹੈਗਾ 252 ਬ੍ਰੈਕਟ 254-2 ਸਮਥਿੰਗ ਇਦਾਂ, ਕੋਈ ਟੈਕਨੀਕਲ ਜਿਹਾ ਨਾਮ ਨੂੰ ਭੁੱਲ ਰਿਹਾ। ਉਹਦੇ ਤਹਿਤ ਸਟੇਟ ਗਵਰਨਮੈਂਟ ਦੇ ਅਧਿਕਾਰ ਖੇਤਰ ਚ ਹੁੰਦਾ ਕਿ ਅਗਰ ਕੋਈ ਸਟੇਟ ਸਬਜੈਕਟ ਨਾਲ ਛੇੜਛਾੜ ਕਰੇ, ਜਿੱਦਾਂ ਐਗਰੀਕਲਚਰ ਸਟੇਟ ਸਬਜੈਕਟ ਸੀਗਾ, ਉਹਦਾ ਉਦਾਹਰਣ ਇੱਕ ਆਲਰੇਡੀ ਸੀਗਾ ਜਦੋਂ ਕਾਂਗਰਸ ਦੀ ਗਵਰਨਮੈਂਟ ਸੀ, ਤਾਂ ਗੁਜਰਾਤ ਦੀ ਬੀਜੇਪੀ ਦੀ ਸਰਕਾਰ ਨੇ ਕੇਂਦਰ ਦੇ ਸਰਕਾਰ ਬਣਾਏ ਹੋਏ ਇੱਕ ਇਸੇ ਤਰੀਕੇ ਦੇ ਕਾਨੂੰਨ ਨੂੰ ਉਹਨਾਂ ਨੇ ਆਪਣੀ ਵਿਧਾਨ ਸਭਾ ਵਿੱਚ ਰੱਦ ਕਰਕੇ ਉਹਦੀ ਅਮੈਂਡਮੈਂਟ ਕਰਕੇ ਰਾਸ਼ਟਰਪਤੀ ਨੂੰ ਦਿੱਤਾ ਸੀ, ਰਾਸ਼ਟਰਪਤੀ ਨੇ ਉਹਨਾਂ ਦੀ ਪ੍ਰਵਾਨ ਕਰ ਲਈ ਸੀਗਾ ਜੀ। ਤੇ ਉਹ ਮਸਲਾ ਅਜੇ ਜੀ ਜੀ ਬਿਲਕੁਲ। ਅੱਛਾ ਖਹਿਰਾ ਸਾਹਿਬ, ਹੁਣ ਇਹ ਦੱਸੋ, ਲੋਕ ਇਹ ਸਵਾਲ ਪੁੱਛਦੇ ਨੇ ਕਿ ਜਿਹੜੇ ਗ੍ਰਾਮ ਸਭਾ ਦੇ ਮਤੇ ਪਾਏ ਸੀ ਭਗਵੰਤ ਮਾਨ, ਉਹਨਾਂ ਨੇ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਸੀ, ਉਹਨਾਂ ਦਾ ਕੀ ਬਣਿਆ? ਕੁਛ ਵੀ ਨਹੀਂ, ਉਹ ਤਾਂ ਐਵੇਂ ਜਿੱਦਾਂ ਇੱਕ ਪੋਲੀਟੀਕਲ ਸਟੰਟ ਚ ਛੱਡੀ ਸੀਗੀ, ਜਿੱਦਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਕੋਈ ਟ੍ਰੈਕਟਰ ਮਾਰਚ ਕੱਢ ਰਿਹਾ ਸੀ, ਕੋਈ ਪੰਜਾਬ ਦਿਖਾਉਂਦੇ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਆ, ਉਹ ਉਹਦੇ ਤੋਂ ਜੇ ਗ੍ਰਾਮ ਸਭਾ ਦੇ
ਮਤੇ ਪਏ ਹੁੰਦੇ ਤੇ ਫਿਰ ਉਹ ਸੁਪਰੀਮ ਕੋਰਟ ਜਾਣੇ ਚਾਹੀਦੇ ਸੀਗੇ, ਪਟੀਸ਼ਨ ਦਾਇਰ ਹੋਣਾ ਚਾਹੀਦੀ ਸੀ, ਉਹ ਤਾਂ ਕਿਸੇ ਨੇ ਫੋਲੋ ਅਪ ਹੀ ਨਹੀਂ ਕੀਤੀ, ਉਹ ਗੱਲ ਉੱਥੇ ਛੱਡ ਦਿੱਤੀ। ਇਸੇ ਕਰਕੇ ਤਾਂ ਪੋਲੀਟੀਕਲ ਪਾਰਟੀਆਂ ਦੀ ਖਿਲਾਫਤ ਕਰਦੇ ਨੇ ਲੋਕ ਕਿ ਕੋਈ ਗੱਲ ਨੂੰ ਸਿਰੇ ਨਹੀਂ ਲੈ ਕੇ ਜਾਂਦੇ, ਬਿਲਕੁਲ ਅੱਧ ਵਿਚਾਲੇ ਵਿੱਚ ਛੱਡ ਕੇ ਹੋਰ ਏਜੰਡੇ ਨੂੰ ਫੜ ਲੈਂਦੇ ਨੇ। ਔਰ ਆਮ ਆਦਮੀ ਪਾਰਟੀ ਦਾ ਕੱਲ ਰਵੱਈਆ ਬਹੁਤ ਨੈਗੇਟਿਵ ਪਾਇਆ ਗਿਆ ਉੱਥੇ। ਆਲ ਪਾਰਟੀ ਮੀਟਿੰਗ 5 ਘੰਟੇ ਚੱਲੀ, ਪੌਣੇ 5 ਘੰਟੇ ਅੰਦਰ ਬੈਠੇ ਰਹੇ ਨੇ ਸਾਰੇ, 30-30 ਮਿੰਟ ਇਹ ਬੋਲੇ ਨੇ। ਭਗਵੰਤ ਮਾਨ ਬਹੁਤ ਲੰਬੀ ਤਕਰੀਰ ਕੀਤੀ ਔਰ ਉੱਥੇ ਚਾਹ ਪਕੌੜੇ ਜੋ ਵੀ ਉਹਨਾਂ ਨੇ ਦਿੱਤਾ, ਕਾਜੂ ਬਦਾਮ ਸਭ ਕੁਛ ਖਾਧੇ ਜੀ। ਤੇ 5 ਮਿੰਟ ਜਦੋਂ ਮੀਟਿੰਗ ਚ ਫੈਸਲਾ ਹੋ ਗਿਆ ਕਿ ਆਪਾਂ ਸਭ ਨੇ ਕੰਸੈਂਸਸ ਨਾਲ ਸਾਰੀ ਪੋਲੀਟੀਕਲ ਜਮਾਤ ਨੇ ਮਤਾ ਪਾਸ ਇਕੱਠੇ ਕਰਨਾ ਸਾਂਝੇ, ਇਹ ਕਹਿੰਦੇ ਜੀ ਅਸੀਂ ਤਾਂ ਹੁਣ ਸਹਿਮਤ ਨਹੀਂ ਗਏ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਵਾ ਉਹਨੂੰ ਕਿਸਾਨ ਅੰਦੋਲਨ ਦੀ ਸੁਰੱਖਿਆ ਵਾਸਤੇ ਪੰਜਾਬ ਪੁਲਿਸ ਦੀਆਂ ਬਟਾਲੀਅਨਸ ਭੇਜਣੀਆਂ ਚਾਹੀਦੀਆਂ। ਤੁਸੀਂ ਦੱਸੋ ਮੈਨੂੰ ਸੁਖਵਿੰਦਰ ਜੀ, ਕੀ ਪੰਜਾਬ ਸਟੇਟ ਆਪਣੀ ਪੁਲਿਸ ਕਿਸੇ ਹੋਰ ਸਟੇਟ ਵਿੱਚ ਭੇਜ ਸਕਦੀ ਹੈ? ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਤਾੜਿਆ ਚੰਗੀ ਤਰ੍ਹਾਂ, ਸ਼ਰਮਿੰਦੇ ਵੀ ਕੀਤਾ ਕਿ ਦੇਖੋ ਕੱਲ ਨੂੰ ਜੇ ਪੰਜਾਬ ਵਿੱਚ ਕੋਈ ਇੰਸੀਡੈਂਟ ਹੋਵੇ ਫਰਜ਼ ਕੋਲ, ਬਿਲਕੁਲ ਬਿਲਕੁਲ, ਕੀ ਤੁਸੀਂ ਹਰਿਆਣੇ ਦੀ ਪੁਲਿਸ ਨੂੰ ਇੱਥੇ ਪੰਜਾਬ ਵਿੱਚ ਆਗਿਆ ਦਿਓਗੇ ਆਉਣ ਦੀ? ਬਿਲਕੁਲ, ਫਿਰ ਤਾਂ ਤੁਸੀਂ ਫੈਡਰਲ ਢਾਂਚੇ ਦੇ ਇਸ਼ੂ ਨੂੰ ਲੈ ਕੇ ਤੁਸੀਂ ਆਪਣੇ ਹੱਥ ਵੱਢ ਕੇ ਦੇ ਰਹੇ ਹੋ ਅੱਜ ਉਹਨਾਂ ਨੂੰ। ਬਿਲਕੁਲ ਜੀ, ਉਹਨੇ ਸਾਫ਼ ਜਵਾਬ ਦਿੱਤਾ ਕਿ ਮੈਂ ਬਿਲਕੁਲ ਏਦਾਂ ਨਹੀਂ ਕਰ ਸਕਦਾ। ਮੇਰਾ ਇਹ ਮੰਨਣਾ ਵਾ ਕਿ ਫਰਜ਼ ਕਰੋ ਪੰਜਾਬ ਇੱਦਾਂ ਦੀ ਕੋਈ ਅਨਕੋਸਟੀਟਿਊਸ਼ਨਲ ਕੋਈ ਗਲਤ ਗੈਰ ਕਾਨੂੰਨੀ ਗਲਤੀ ਕਰੂਗਾ ਨਾ, ਬੀਜੇਪੀ ਵਾਲੇ ਪੰਜਾਬ ਸਰਕਾਰ ਤੋੜ ਕੇ ਇੱਥੇ ਸਿੱਧਾ ਰਾਸ਼ਟਰਪਤੀ ਰਾਜ ਲਾ ਕੇ ਡਾਇਰੈਕਟਲੀ ਕੰਟਰੋਲ ਸਟੇਟ ਦਾ ਪੰਜਾਬ ਦਾ ਆਪਣੇ ਕੋਲ ਲੈ ਲੈਣਗੇ। ਇੰਨੀ ਕੁ ਗੱਲ ਆਮ ਆਦਮੀ ਪਾਰਟੀ ਦੇ ਆਗੂ ਨੂੰ ਸਮਝ ਨਹੀਂ ਆ ਰਹੀ, ਜਿਹੜੀ ਛੋਟੀ ਜਿਹੀ ਗੱਲ ਹੈ। ਬਿਲਕੁਲ, ਦੇਰਫੋਰ ਉਹ ਵਿੱਚੋਂ ਬਹਾਨਾ ਬਣਾ ਕੇ ਉੱਠ ਕੇ ਨਿਕਲ ਗਏ ਤੇ ਬੀਜੇਪੀ ਉਦਾਂ ਗੈਰ ਹਾਜ਼ਰ ਰਹੀ ਤੇ ਇਹਨਾਂ ਨੇ ਵਾਕਆਊਟ ਕਰਤਾ। ਸੋ ਦੋਨੋਂ ਪਾਰਟੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਉਸ ਗੱਲ ਵਿੱਚ ਸਹਿਮਤ। ਮਤਲਬ ਸਿਆਸਤ ਖੇਡੀ ਜਾ ਰਹੀ ਹੈ ਇੱਥੇ। ਕਿ ਦੱਸਿਓ ਕਿ ਦਿੱਲੀ ਸਰਕਾਰ, ਕੇਜਰੀਵਾਲ ਸਾਹਿਬ ਹੁਣ ਵੀ ਥੋੜੀ ਦੇਰ ਪਹਿਲਾਂ ਲਾਈਵ ਹੋਏ ਸੀ, ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਲਈ ਜਿਹੜੀ ਚਾਰਾਜੋਈ ਕਰ ਰਹੇ ਹਾਂ। ਦੂਜੇ ਪਾਸੇ ਦਿੱਲੀ ਪੁਲਿਸ ਨੇ ਹੁਣੇ ਥੋੜੀ ਦੇਰ ਪਹਿਲਾਂ ਕਿਸਾਨਾਂ ਦੀਆਂ, ਨੌਜਵਾਨਾਂ ਦੀਆਂ ਕੁਝ ਹੁੱਲੜਬਾਜ਼ ਕਿਹਾ ਜਾ ਰਿਹਾ ਉਹਨਾਂ ਨੂੰ ਤਸਵੀਰਾਂ ਨਸ਼ਰ ਕੀਤੀਆਂ ਨੇ, ਉਹਨਾਂ ਵਿੱਚ ਕੁਝ ਸਿੱਖ ਨੌਜਵਾਨ ਵੀ ਨੇ, ਕੁਝ ਹੋਰ ਵੀ ਨੌਜਵਾਨ ਜਿਹੜੇ ਉਹ ਸ਼ਾਮਲ ਨੇ। ਇਹਦੇ ਲਈ ਹੁਣ ਦਿੱਲੀ ਸਰਕਾਰ ਦਾ ਕੀ ਰੋਲ ਹੈ? ਦਿੱਲੀ ਸਰਕਾਰ ਕਿਵੇਂ ਇਹਨਾਂ ਦੀ, ਕਿਸਾਨਾਂ ਦੀ, ਨੌਜਵਾਨਾਂ ਦੀ ਕਿੱਦਾਂ ਮਦਦ ਕਰ ਸਕਦੀ? ਤੁਸੀਂ ਕਿਹਾ ਕਿ ਮੈਜਿਸਟਰੀਅਲ ਜਿਹੜੀ ਜਾਂਚ ਦੀ ਇਨਕੁਆਇਰੀ ਉਹ ਵੀ ਹੋ ਸਕਦੀ ਹੈ ਉਸ ਕੇਸ ਦੇ ਵਿੱਚ। ਦੇਖੋ ਦਿੱਲੀ ਸਰਕਾਰ ਜੇ ਚਾਹੇ, ਦਿੱਲੀ ਸਰਕਾਰ ਸਿਰਫ ਇੱਕ ਪੁਲਿਸ ਨੂੰ ਛੱਡ ਕੇ ਬਾਕੀ ਤਾਂ ਦਿੱਲੀ ਸਰਕਾਰ ਕੋਲ ਸਾਰੇ ਮਹਿਕਮੇ ਨੇ। ਬਿਲਕੁਲ, ਇੱਕ ਤਾਂ ਕੁੰਡਲੀ ਤੇ ਉੱਥੇ ਬਾਰਡਰ ਦੇ ਉੱਤੇ ਜਿਹੜਾ ਉਹਨਾਂ ਦਾ ਜ਼ਿਲ੍ਹਿਆਂ ਦਾ ਡਿਪਟੀ ਕਮਿਸ਼ਨਰ ਆ ਉਹਦੀ ਕੰਸਟੈਂਟ ਪ੍ਰੈਜੈਂਸ ਰੱਖਦੇ ਨੇ ਉੱਥੇ, ਤੂੰ ਮੈਨੂੰ ਦਿਨ ਚ 24 ਘੰਟਿਆਂ ਚ ਵੀਡੀਓਗ੍ਰਾਫਿਕ ਰਿਪੋਰਟ ਦੇਣੀ ਆ ਉੱਥੇ ਕੀ ਵਾਪਰ ਰਿਹਾ ਵਾ। ਬਿਲਕੁਲ ਬਿਲਕੁਲ, ਫਰਜ਼ ਕਰੋ ਕੇਜਰੀਵਾਲ ਦੀ ਸਰਕਾਰ ਦਾ ਡਿਪਟੀ ਕਮਿਸ਼ਨਰ ਕੁੰਡਲੀ ਸਿੰਘੂ ਬਾਰਡਰ ਤੇ ਹਾਜ਼ਰ ਹੋਵੇ ਜਾਂ ਐਸਟੀਐਮ ਹੋਣ, ਐਗਜ਼ੈਕਟਿਵ ਮੈਜਿਸਟ੍ਰੇਟਸ ਹੁੰਦੇ ਨਾ ਕੋਈ, ਬਥੇਰੇ ਅਫਸਰ ਨੇ। ਬਿਲਕੁਲ, ਔਰ ਉਹ ਵੀਡੀਓਗ੍ਰਾਫੀ ਕਰਦੇ ਹੁੰਦੇ ਤਾਂ ਜਿਹੜੇ ਉਹ ਹੁੱਲੜਬਾਜ਼ਾਂ ਨੇ ਹਮਲਾ ਕੀਤਾ ਸੀ ਉਦਣ, ਉਹ ਸਾਰੇ ਆਈਡੈਂਟੀਫਾਈ ਕਰਕੇ ਉਹਨਾਂ ਦੇ ਉੱਤੇ ਲਿਖ ਕੇ ਦੇਵੇ ਸਰਕਾਰ ਨੂੰ, ਭੇਜੇ ਹੋਮ ਮਿਨਿਸਟਰ ਨੂੰ ਕਿ ਆਹ ਬੰਦਿਆਂ ਨੇ ਜ਼ਿਆਦਤੀ ਕੀਤੀ ਆ, ਇਹਨਾਂ ਦੇ ਖਿਲਾਫ਼ ਪਰਚੇ ਦਰਜ ਹੋ ਕੇ ਇਹਨਾਂ ਨੂੰ ਅਰੈਸਟ ਕਰਨਾ ਚਾਹੀਦਾ, ਨਹੀਂ ਕੀਤਾ ਕਿਸੇ ਨੇ ਵੀ। ਬਿਲਕੁਲ, ਅੱਜ ਵੀ ਜੇ ਕਹਿੰਦੇ ਮੈਂ ਬਹੁਤ ਕਿਸਾਨ ਹਿਤੈਸ਼ੀ ਹਾਂ ਤਾਂ ਜੁਡੀਸ਼ੀਅਲ ਇਨਕੁਆਇਰੀ ਆਰਡਰ ਕਰਨ, ਉਹਦੇ ਚ 2-3 ਐਸਪੈਕਟਸ ਕਵਰ ਹੋ ਸਕਦੇ। ਇੱਕ ਤਾਂ ਨਵਰੀਤ ਦਾ ਕਤਲ ਆ ਜਾਊਗਾ ਵਿੱਚ, ਬਿਲਕੁਲ, ਦੂਸਰਾ ਜਿਹੜਾ ਇਹ ਸਾਡੇ ਤੇ ਇਲਜ਼ਾਮ ਲਾਇਆ ਜਾ ਰਿਹਾ ਜੀ ਕਿ ਬਹੁਤ ਅੰਦਰ ਉਦਣ ਹੁੱਲੜਬਾਜ਼ੀ ਕੀਤੀ ਰੈੱਡ ਫੋਰਟ ਦੇ ਅੰਦਰ, ਉਸ ਨੂੰ ਕਵਰ ਕਰਵਾ ਦੇਵੇ ਜੀ। ਉੱਥੇ ਦੇਖੋ ਭਾਵਾਂ ਆਪਾਂ ਜੋ ਮਰਜ਼ੀ ਕਹੀ ਜੀਏ, ਕੋਈ ਕਤਲੋ ਗਾਰਤ ਨਹੀਂ ਹੋਈ, ਕੋਈ ਅੱਗਜਨੀ ਨਹੀਂ ਹੋਈ, ਕੋਈ ਪਬਲਿਕ ਪ੍ਰੋਪਰਟੀ ਡੈਮੇਜ ਨਹੀਂ ਹੋਈ। ਬਿਲਕੁਲ, ਲੇਕਿਨ ਬਦਨਾਮੀ ਬੇਲੋੜੀ ਸਾਡੀ ਜ਼ਰੂਰ ਇਲੈਕਟ੍ਰੋਨਿਕ ਮੀਡੀਆ ਟੀਵੀ ਆਣੇ ਨੇ ਮੋਦੀ ਦੇ ਕਹਿਣ ਤੇ ਕੀਤੀ ਆ। ਤੀਸਰਾ ਐਸਪੈਕਟ ਜਿਹੜਾ ਆ ਹੁੱਲੜਬਾਜ਼ ਸਾਡੇ ਸ਼ਾਂਤਮਈ ਕਿਸਾਨਾਂ ਨੂੰ ਉਕਸਾਉਂਦੇ ਨੇ ਜਾ ਕੇ, ਇਹ ਵੀ ਰਿਪੋਰਟ ਆਜੂਗੀ ਸਾਹਮਣੇ, ਲੋਕਾਂ ਦੀ ਕਚਹਿਰੀ ਵਿੱਚ ਸੱਚ ਸਾਬਤ ਹੋ ਜਾਏਗਾ। ਸੋ ਇਸ ਕਰਕੇ ਲਫ਼ਜ਼ਾਂ ਨਾਲ ਕਹਿਣਾ ਤੇ ਐਕਸ਼ਨ ਵਿੱਚ ਕਰਨਾ ਅੰਤਰ ਹੁੰਦਾ। ਬਿਲਕੁਲ। ਅੱਛਾ ਕਹਿ ਰਹੇ ਸਾਹਿਬ, ਹੁਣ ਆਪਾਂ ਜਿਹੜੀਆਂ ਨਵੀਆਂ ਤਸਵੀਰਾਂ ਹੋਰ ਵੀ ਆਈਆਂ ਸੀ, ਸੁਖਬੀਰ ਸਿੰਘ ਬਾਦਲ ਹੋਣਾ ਤੇ ਹਮਲਾ ਹੋਇਆ, ਉਧਰੋਂ ਰਵਨੀਤ ਬਿੱਟੂ ਹੋਣਾ ਦਾ ਬਿਆਨ ਆ ਗਿਆ, ਕਹਿੰਦੇ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਤਾਂ ਪੰਜਾਬ 'ਚ ਰਾਸ਼ਟਰਪਤੀ ਰਾਜ ਲਗਾਉਣ ਦਾ ਜਿਹੜਾ ਮੌਕਾ ਮਿਲ ਜਾਏਗਾ ਵਿਰੋਧੀਆਂ ਨੂੰ, ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਨਹੀਂ, ਇੰਨੇ ਕੁ ਨਾਲ ਤਾਂ ਕੀ ਰਾਸ਼ਟਰਪਤੀ ਰਾਜ ਲੱਗਣਾ ਹੁੰਦਾ ਜੇ? ਆਫਟਰ ਆਲ ਸੁਖਬੀਰ ਬਾਦਲ ਕੋਈ ਖੁਦਾ ਥੋੜੋ ਆ। ਮੈਂ ਹਾਲਾਂਕਿ ਵਾਇਲੈਂਸ ਦੇ ਮੈਂ ਹੱਕ ਚ ਨਹੀਂ ਗਾ, ਮਾੜੀ ਗੱਲ ਕੀਤੀ ਜਿਹਨਾਂ ਨੇ ਵੀ ਹੁੱਲੜਬਾਜ਼ੀ ਕੀਤੀ, ਪਰ ਇੱਕ ਗੱਲ ਚੰਗੀ ਤਰ੍ਹਾਂ ਸਮਝੋ, ਉਹ ਕੀ ਕਹਿੰਦੇ ਹੁੰਦੇ, ਜੋ ਬੀਜੋਗੇ ਉਹੀ ਬੋਵੋਗੇ। ਸਮਝ ਗਏ? ਇਹ ਅਕਾਲੀਆਂ ਨੂੰ ਪੁੱਛੋ ਕਿ ਇਹ ਜਦੋਂ 10 ਸਾਲ ਰਾਜ ਕੀਤਾ ਇਹਨਾਂ ਨੇ ਕੋਈ ਕਸਰ ਛੱਡੀ? ਚੋਣਾਂ ਨੂੰ ਇਹ ਬਦਮਾਸ਼ੀ ਨਾਲ ਜਿੱਤਦੇ ਸੀਗੇ ਸ਼ਰੇਆਮ। ਬਿਲਕੁਲ, ਤੇ ਉਹੀ ਜੋ ਇਹਨਾਂ ਨੇ ਕੀਤਾ ਉਹ ਇਹਨਾਂ ਦੇ ਸਾਹਮਣੇ ਸ਼ੀਸ਼ਾ ਆ ਰਿਹਾ ਵਾ, ਹਾਲਾਂਕਿ ਮੈਂ ਉਸ ਗੱਲ ਦੀ ਫੇਰ ਵੀ ਸਪੋਰਟ ਨਹੀਂ ਕਰਦਾ ਜੀ ਜੀ ਬਿਲਕੁਲ, ਪਰ ਸੁਖਬੀਰ ਬਾਦਲ ਦੇ ਹਮਲੇ ਨਾਲ ਰਾਸ਼ਟਰਪਤੀ ਰਾਜ ਲੱਗ ਜੂ, ਇਹ ਬੇਤੁਕੀ ਜੀ ਗੱਲ ਆ। ਬਿਲਕੁਲ, ਹਾਂ, ਜੇ ਆ ਜਿੱਦਾਂ ਦੀ ਗੱਲ ਆਮ ਆਦਮੀ ਵਾਲੇ ਕਹਿ ਰਹੇ ਨੇ ਕਿ ਪੰਜਾਬ ਪੁਲਿਸ ਨੂੰ ਭੇਜੋ ਕੁੰਡਲੀ ਬਾਰਡਰ ਦੇ ਉੱਤੇ ਬਟਾਲੀਅਨ ਨਾ ਜਾਣ,
25-30 ਹਜ਼ਾਰ ਪੁਲਿਸ ਵਾਲਾ ਬਿਠਾਓ, ਉਹਦੇ ਨਾਲ ਸਰਕਾਰ ਨੂੰ ਮੌਕਾ ਜ਼ਰੂਰ ਮਿਲੂਗਾ ਕਿ ਰਾਸ਼ਟਰਪਤੀ ਰਾਜ ਲਾਓ। ਬਿਲਕੁਲ ਬਿਲਕੁਲ। ਤੇ ਜੋ ਕੁਝ ਦੀਪ ਸਿੱਧੂ ਨੇ ਕੀਤਾ ਤੁਸੀਂ ਆਪਣੇ ਤੌਰ ਤੇ ਕਿਸ ਤਰ੍ਹਾਂ ਮੰਨਦੇ ਹੋ ਉਹਨੂੰ, ਕਿ ਉਹ ਠੀਕ ਹੈ, ਉਹ ਲਗਾਤਾਰ ਸਫਾਈਆਂ ਦੇ ਰਹੇ ਨੇ? ਦੇਖੋ ਮੈਂ ਕਿਸੇ ਇੱਕ ਵਿਅਕਤੀ ਦੀ ਨਾਂ ਵੀ ਗੱਲ ਕਰਾਂ, ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜਿਹੜਾ 26 ਤਰੀਕ ਦਾ ਇੰਸੀਡੈਂਟ ਹੋਇਆ ਜੀ, ਅਸੀਂ ਜ਼ਿਆਦਾ ਸੈਲਫ ਕੰਡੈਮਨੇਸ਼ਨ ਮੋਡ ਵਿੱਚ ਆ ਗਏ ਆਪਾਂ ਸਾਰੇ। ਬਿਲਕੁਲ, ਮਤਲਬ ਪੋਲੀਟੀਕਲ ਪਾਰਟੀਆਂ ਵੀ ਫਟਾਫਟ ਟਵੀਟ, ਝੰਡੇ ਦਾ ਨਰਾਦਰ ਹੋ, ਕਿਹੜੇ ਝੰਡੇ ਦਾ ਨਰਾਦਰ ਹੋਇਆ ਜੀ? ਟ੍ਰਾਈ ਕਲਰ ਤਾਂ ਰੈਡ ਫੋਰਟ ਦੇ ਉੱਤੇ ਝੂਲ ਰਿਹਾ ਵਾ, ਬਿਲਕੁਲ ਉਹ ਤਾਂ ਛੇੜਿਆ ਕਿਸੇ ਨੇ ਨੀਗਾ। ਔਰ ਦੂਜੀ ਗੱਲ ਕਿ ਰੈਡ ਫੋਰਟ ਜਿਹੜਾ ਲਾਲ ਕਿਲਾ ਵਾ ਉਹ ਅੱਜ ਡਾਲਮੀਆ ਕਾਰਪੋਰੇਟ ਘਰਾਣੇ ਦੇ ਕੋਲ ਲੀਜ਼ ਤੇ ਆ, ਸਰਕਾਰੀ ਬਿਲਡਿੰਗ ਤਾਂ ਹੈ ਹੀ ਨੀਗੀ। ਬਿਲਕੁਲ, ਉੱਥੇ ਇੱਕ ਨਿਸ਼ਾਨ ਸਾਹਿਬ ਚੜਾ ਦਿੱਤਾ ਗਿਆ ਤੇ ਇੱਕ ਕਿਸਾਨੀ ਝੰਡਾ। ਕਿੱਡੀ ਕੁ ਆਫਤ ਆ ਗਈ ਸੀਗੀ ਜਿਹੜਾ ਆਪਾਂ ਸੀ, ਔਰ ਜਿਹੜਾ ਜਿਹੜਾ ਜਿਹੜੀ ਬਦਨਾਮੀ ਟੀਵੀ ਮੋਦੀ ਦੇ ਮੀਡੀਆ ਚੈਨਲ ਕਰ ਰਹੇ ਸੀ, ਅਸੀਂ ਉਸੇ ਨੂੰ ਅਡੋਪਟ ਕਰਕੇ ਆਪਣੀ ਕੌਮੀ ਬਦਨਾਮੀ ਸ਼ੁਰੂ ਕਰ ਦਿੱਤੀ ਪੰਜਾਬ ਨੇ। ਇਹ ਤਾਂ ਸ਼ੁਕਰ ਕਰੋ ਕਿ ਰਾਕੇਸ਼ ਟਿਕੈਟ ਨੇ ਸਟੈਂਡ ਲਿਆ ਥੋੜਾ, ਜਿਹਦੇ ਨਾਲ ਥੋੜੀ ਜਿਹੀ ਸਾਡੇ ਜਾਨ ਪਈ ਆ। ਔਰ ਜੇ ਸਾਡੇ ਕਿਸਾਨਾਂ ਦੇ ਅੰਦੋਲਨ ਦੇ ਲੀਡਰਸ਼ਿਪ ਨਵਰੀਤ ਦੇ ਕਤਲ ਨੂੰ ਚੁੱਕ ਲੈਂਦੇ ਨਾ, ਜਿਹੜਾ ਅੱਜ ਤੱਕ ਨੀ ਉਹਨਾਂ ਨੇ ਚੱਕਿਆ, ਗਵਰਨਮੈਂਟ ਆਫ ਇੰਡੀਆ ਨੇ ਬੈਕਫੁੱਟ ਤੇ ਹੋ ਜਾਣਾ ਸੀ। ਆਫਟਰ ਆਲ ਇੱਕ ਬੰਦਾ ਮਰਿਆ ਯਾਰ ਉੱਥੇ ਇਸ। ਔਰ ਦੂਜੀ ਗੱਲ ਕਿ ਨਿਸ਼ਾਨ ਸਾਹਿਬ ਜਿਹੜਾ ਚੜਾਉਣਾ ਵਾ, ਫਰਜ਼ ਕਰੋ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਨਿਸ਼ਾਨ ਸਾਹਿਬ ਦੀ ਕੀ ਅਹਿਮੀਅਤ ਸਮਝਦੇ ਹਾਂ ਅਸੀਂ? ਨਿਸ਼ਾਨ ਸਾਹਿਬ ਇੱਕ ਹਿਫਾਜ਼ਤ ਦਾ ਪ੍ਰਤੀਕ ਆ ਜੀ, ਸ਼ਾਂਤੀ ਤੇ ਹਿਫਾਜ਼ਤ। ਗੁਰਦੁਆਰਾ ਸਾਹਿਬ ਉੱਚਾ ਕਰਕੇ ਲਾਉਂਦੇ ਹਾਂ ਤਾਂ ਕਿ ਜਿਹੜੇ ਲੋਕ ਰਾਹਗੀਰ ਨੇ, ਕਮਜ਼ੋਰ ਲੋਕ ਨੇ, ਬੇਸਹਾਰਾ ਨੇ, ਜਿਹਨਾਂ ਤੇ ਜ਼ੁਲਮ ਹੁੰਦਾ, ਉਹ ਉੱਥੇ ਜਾ ਕੇ ਸ਼ਰਨ ਲੈ ਸਕਦੇ ਆ। ਬਿਲਕੁਲ, ਉਹਨਾਂ ਨੂੰ ਉੱਥੇ ਲੰਗਰ ਵੀ ਖਵਾਇਆ ਜਾਊਗਾ, ਉਹਨਾਂ ਨੂੰ ਉੱਥੇ ਪ੍ਰੋਟੈਕਸ਼ਨ ਦਿੱਤੀ ਜਾਊਗੀ। ਬਿਲਕੁਲ, ਤੇ ਆਹ ਜਿਹੜਾ ਲੰਗਰ ਚੱਲ ਰਿਹਾ ਅੰਦੋਲਨ ਦੇ ਵਿੱਚ ਦੂਰ ਦੁਰਾਡੇ ਸਾਰੀਆਂ ਸਟੇਟਾਂ ਵਿੱਚ, ਉਦੋਂ ਵੀ ਤਾਂ ਨਿਸ਼ਾਨ ਸਾਹਿਬ ਲੱਗਦਾ ਨਾ, ਉਦੋਂ ਤਾਂ ਬੋਲਦਾ ਨੀ ਕੋਈ ਵੀ। ਬਿਲਕੁਲ, ਜੇ ਕੇਰਲਾ ਵਿੱਚ ਬਾੜ ਆਈ ਹੈ ਤੇ ਨਿਸ਼ਾਨ ਸਾਹਿਬ ਨੇ ਜਾ ਕੇ ਲੰਗਰ ਲਾਇਆ ਨਾ ਉੱਥੇ। ਜੇ ਕਿਤੇ ਕੋਈ ਭੂਕਾ ਮਾਉਂਦਾ ਵਰਲਡ ਵਾਈਡ ਆ, ਨਿਊਯਾਰਕ ਦੇ ਵਿੱਚ ਲੋਕਡਾਊਨ ਚ 50,000 ਆਦਮੀ ਨੂੰ ਲੰਗਰ ਛਕਾਇਆ ਜਾ ਰਿਹਾ ਸੀਗਾ, ਉਹ ਗੁਰਦੁਆਰਾ ਸਾਹਿਬ ਚ ਬਣ ਕੇ ਆਉਂਦਾ ਸੀਗਾ ਨਾ। ਬਿਲਕੁਲ, ਦੇਅਰਫੋਰ ਇਹ ਬਹੁਤ ਬੇਤੁਕੀ ਕੀਤੀ। ਔਰ ਜਿਹੜਾ ਸਾਡੇ ਆਪਣੇ ਜਿਹੜੇ ਆਗੂ ਸੀਗੇ ਉਹ ਥੋੜੇ ਜ਼ਿਆਦਾ ਜਦੋਂ ਬੈਕਫੁੱਟ ਤੇ ਆਏ ਤਾਂ ਮੈਂ ਉਸ ਨਾਲ ਕੀ ਹੋਇਆ ਕਿ ਅੰਦੋਲਨ ਨੂੰ ਥੋੜਾ ਸੈਟਬੈਕ ਲੱਗੀ। ਅੱਜ ਹੁਣ ਤੁਸੀਂ ਦੇਖੋਗੇ 26 ਵਾਲੇ ਇੰਸੀਡੈਂਟ ਦਾ ਪਤਾ ਕੀ ਹੋਇਆ, ਜਦੋਂ ਆਪਣੇ ਆਪ ਚ ਆਪਾਂ ਇੰਨੇ ਘਬਰਾ ਗਏ। ਬਿਲਕੁਲ, ਅੱਜ ਬਾਰਗੇਨਿੰਗ ਪਾਵਰ ਆ ਨਾ ਜਿਹੜੀ ਗਵਰਨਮੈਂਟ ਆਫ ਇੰਡੀਆ ਦੇ ਨਾਲ ਗੱਲਬਾਤ ਕਰਨ ਦੀ, ਉਹ ਟਿਕੇਟ ਦੇ ਹੱਥ ਵਿੱਚ ਆ ਨਾ ਕਿ ਸਾਡੇ ਆਗੂਆਂ ਦੇ ਹੱਥ। ਬਿਲਕੁਲ ਬਿਲਕੁਲ ਬਿਲਕੁਲ, ਇਹ ਨੁਕਸਾਨ ਹੋਇਆ ਸਿਰਫ ਇੰਨੀ ਕੁ ਕਮਜ਼ੋਰੀ ਦਿਖਾਉਣ ਦਾ। ਜੇ ਇਹ ਉਦੋਂ ਬੋਰੇ ਆਣ ਕੇ ਦਲੇਰੀ ਨਾਲ ਕਹਿੰਦੇ ਜੀ ਕਿ ਸਾਡੇ ਬੰਦਿਆਂ ਨੂੰ ਚੱਕ ਕੇ ਇਹਨਾਂ ਨੇ ਝੂਠੇ ਪਰਚੇ ਦਰਜ ਕੀਤੇ ਨੇ, ਮੁੰਡਾ ਮਾਰ ਦਿੱਤਾ ਵਾ, ਸਹੀ ਗੱਲ, ਔਰ ਅਸੀਂ ਔਰ ਲਾਲ ਕਿਲੇ ਵਾਲੇ ਇੰਸੀਡੈਂਟ ਨੂੰ ਥੋੜਾ ਜਿਹਾ ਲੌਜੀਕਲੀ ਡਿਫੈਂਡ ਕਰਦੇ ਤਾਂ ਹਾਲਾਤ ਬਿਲਕੁਲ ਅੱਜ ਹੋਰ ਹੋਣੇ ਸੀ, ਹਾਲਾਤ ਇਸ ਦੇ ਉਲਟ ਹੋਣੇ ਸੀ। ਆਖਰੀ ਸਵਾਲ ਮੇਰਾ, ਹੁਣੇ ਖਬਰ ਆਈ ਹੈ ਮੇਰੇ ਸਾਹਮਣੇ ਕਿ ਸੁਪਰੀਮ ਕੋਰਟ ਨੇ ਲਾਲ ਕਿਲੇ ਤੇ ਜਿਹੜੀ ਘਟਨਾ ਵਾਪਰੀ ਹੈ ਉਹਦੇ ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਦੇਖੋ ਮੈਂ ਉਹੀ ਤਾਂ ਤੁਹਾਨੂੰ ਕਹਿ ਰਿਹਾ ਨਾ ਕਿ ਇਮੀਡੀਏਟਲੀ ਕੀ ਆ ਕਿ ਦੋ ਅਥਾਰਟੀਜ਼ ਕੰਪੀਟੈਂਟ ਨੇ ਜੁਡੀਸ਼ੀਅਲ ਇਨਕੁਆਇਰੀ ਆਰਡਰ ਕਰਨ ਦੇ। ਬਿਲਕੁਲ ਬਿਲਕੁਲ, ਇੱਕ ਗਵਰਨਮੈਂਟ ਆਫ ਇੰਡੀਆ, ਇੱਕ ਗਵਰਨਮੈਂਟ ਆਫ ਦਿੱਲੀ। ਤੋ ਜੁਡੀਸ਼ੀਅਲ ਨਿਆਇਕ ਜਾਂਚ ਅਗਰ ਕੋਈ ਹਾਈ ਕੋਰਟ ਦਾ ਜੱਜ ਅਪੁਆਇੰਟ ਕਰ ਦੇਣਗੇ, ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ। ਬਿਲਕੁਲ ਬਿਲਕੁਲ, ਉਹ ਜ਼ਰੂਰ ਕਰਨਾ ਚਾਹੀਦਾ ਕੇਜਰੀਵਾਲ ਨੂੰ, ਹੋਰ ਗੱਲਾਂ ਛੱਡ ਕੇ। ਔਰ ਮੇਰੀ ਚਿੱਠੀ ਗਈ ਹੋਈ ਉਹਦੇ ਕੋਲ ਆਫੀਸ਼ੀਅਲੀ ਬਕਾਇਦਾ। ਠੀਕ ਹੈ ਜੀ ਜੀ ਜੀ, ਸ਼ੁਕਰੀਆ ਖੈਰਤ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।